बिस्मिल्लाहिर्रहमानिर्रहीम। अस्सलाम वालेकुम नाज़रीन, तुसी देख रहे हो साडा यूट्यूब चैनल, तो मैं तुहाडा होस्ट मुहम्मद तनवीर। सानू एक बजुर्ग मिले ने बाबे शबीर साहब, तो आजो इन्हां कोल पुछने आ कि यह चढ़ते पंजाब दे विचों अलैन दे पंजाब किवें पहुँचे, तो इन्हां नूं की मुश्किलां दा जिहड़ा है सामना करना पिया, तो तुहाडे सामने इन्हां नाल गल करने। अस्सलाम वालेकुम जी। वालेकुम सलाम जी। बजुर्गो नाम की अपना? मेरा नाम जी हाजी शबीर है। हाजी शबीर जी। हाँ जी। असीं पटियाले रियासत च रहिंदे सां, माणा शहर च। अच्छा जी, ते तुहाडे वाल साहब दा नाम? मेरे वाल दा नाम है शेर मोहम्मद। बाबा जी अपनी कौम केड़ी है? राई। राई। ते बजुर्गो तुहाडा इंडिया विच जिहड़ा पिंड है उहदा नाम की सी? उहदा नाम सी म्याल। म्याल। हाँ। ते उहदा जिला तहसील केड़ी? तहसील सुनाम सी, जिला सुनाम सी, रियासत पटियाला दा। अच्छा जी, रियासत पटियाला। हाँ। ते बाबा जी तुहाडे पिंड जिहड़ा है ਉਹਦਾ ਕੋਈ ਜ਼ਿਲ੍ਹਾ ਸੀ ਜਾਂ ਰਿਆਸਤ ਸੀ ਪਟਿਆਲਾ? ਨਹੀਂ ਨਹੀਂ, ਬਸ ਰਿਆਸਤ ਪਟਿਆਲੇ ਦੇ ਪਿੰਡ ਸੀ ਉਹ ਸਾਡਾ, ਅਤੇ ਸਾਰੇ ਹੀ ਮੁਸਲਮਾਨਾਂ ਦਾ ਪਿੰਡ ਸੀ ਉਹ, ਉਹਦੇ ਹਿੰਦੂਆਂ ਦਾ ਘਰ ਕੋਈ ਨਹੀਂ ਸੀ। ਅੱਛਾ ਜੀ, ਅਤੇ ਲਾਗੇ ਲਾਗੇ ਪਿੰਡ ਹੋਰ ਕਿਹੜੇ? ਹੋਰ ਲਾਮੇ ਪਿੰਡ ਕੁਤਬਨਪੁਰ ਦਾ, ਖਦਾਦਪੁਰਾ, ਬੜੇਚਾਂ ਦੀ, ਨੂਰਪੁਰਾ, ਇਸ ਤਰ੍ਹਾਂ ਦੇ ਬਿਸ਼ਾਪੁਰ, ਇਸ ਤਰ੍ਹਾਂ ਦੇ ਪਿੰਡ, ਫਤਿਹਪੁਰ, ਇਹ ਪਿੰਡ ਦੇ ਆਲੇ ਦੁਆਲੇ। ਹਾਂ। ਅਤੇ ਤੁਹਾਡੇ ਪਿੰਡ ਦੀਆਂ ਕੋਈ ਪੱਤੀਆਂ ਕਿੰਨੀਆਂ? ਹਾਂ, ਪੱਤੀਆਂ ਇੱਕ ਸ਼ੇਖਾਂ ਪੱਤੀ ਦੀ, ਇੱਕ ਰਾਈਆਂ ਦੀ ਪੱਤੀ ਦੀ, ਦੋ ਪੱਤੀਆਂ ਨੇ। ਦੋ ਪੱਤੀਆਂ, ਉਹਨਾਂ ਦੇ ਕੋਈ ਜਿਹੜੇ ਨੇ ਉਹ ਨੰਬਰਦਾਰ? ਨੰਬਰਦਾਰ ਇੱਕ ਅਤਾ ਮੁਹੰਮਦ ਛੋਟਾ ਨੰਬਰਦਾਰ ਤਾ, ਇੱਕ ਅਤਾ ਮੁਹੰਮਦ ਵੀ ਵੱਡਾ ਨੰਬਰਦਾਰ ਤਾ, ਉਹ ਇੱਕ ਫਿਲੋ ਵੀ ਬੈਠਾ, ਇੱਕ ਡੇਰਾ ਗਾਜ਼ੀਆਂ ਬੈਠਿਆ ਤਾ, ਛੋਟਾ ਉੱਥੇ ਚਲਿਆ ਗਿਆ ਤਾ। ਠੀਕ ਹੋ ਗਿਆ। ਅਤੇ ਬਜ਼ੁਰਗੋ ਤੁਹਾਡੇ ਪਿੰਡ ਵਿੱਚ ਕੋਈ ਮਸਜਿਦਾਂ, ਕੋਈ ਮੰਦਰ ਜਾਂ? ਸਾਡੇ ਪਿੰਡ ਮੰਦਰ ਸ਼ੰਦਰ ਕੋਈ ਨਹੀਂ ਤਾ, ਮਸਜਿਦ ਠੀਕ, ਬਹੁਤ ਬੜੀ ਮਸਜਿਦ ਸਾਡੇ ਘਰ ਦੇ ਕਰੀਬ ਹੀ ਤੀ, ਬਲਕੇ ਉਹਦੇ ਅੱਗੇ ਖੂਹ ਤਾ, ਖੂਹ ਦੇ ਲੋਕ ਪਾਣੀ ਭਰ ਕੇ ਲਿਜਾਉਂਦੇ ਹੁੰਦੇ ਸਨ ਉਸ ਮਸਜਿਦ, ਮਸਜਿਦ ਵਾਲੀ ਖੂਹ ਤੋਂ। ਹਾਂ ਸਹੀ। ਅਤੇ ਮਸਜਿਦ ਤੁਹਾਡੀ ਪੱਕੀ ਸੀ? ਪੱਕੀ ਮਸਜਿਦ ਦੀ। ਅੱਛਾ, ਤੁਸੀਂ ਆਪਣਾ ਜਿਹੜਾ ਤੁਹਾਡਾ ਘਰ ਹੈ ਮਸਜਿਦ ਕਿੰਨੀ ਕੁ ਦੂਰ ਸੀ? ਮੇਰਾ ਜਿਹੜੇ ਮਸਜਿਦ ਦਾ ਪਾਣੀ ਉਹ ਸਾਡੇ ਕੋਠੇ ਤੋਂ ਬਹਿ ਕੇ ਫਿਰ ਪਿੱਛੇ ਬਾਹਰ ਸੜਕ 'ਤੇ ਜਾਂਦਾ ਸੀ। ਅੱਛਾ ਅੱਛਾ। ਹਾਂ, ਮਸਜਿਦ ਦੀ ਬੈਕ ਸਾਈਡ 'ਤੇ ਸਾਡਾ ਮਕਾਨ ਸੀ। ਅਤੇ ਤੁਹਾਡੇ ਮੁਹੱਲੇ ਵਿੱਚ ਜਿਹੜੇ ਨੇ ਉਹ ਸਿੱਖ ਜਾਂ ਹੋਰ? ਨਾ, ਇੱਕ ਪਿੰਡ ਵਿੱਚ ਕੋਈ ਘਰ ਨਹੀਂ ਤਾ ਹਿੰਦੂਆਂ ਦਾ, ਸਿੱਖ ਚੂੜਿਆਂ ਦਾ ਘਰ ਤਾ। ਅੱਛਾ ਜੀ। ਦੋ ਤਿੰਨ ਘਰ 'ਚ ਮਾਰਾਂਗੇ ਜਿਹੜੇ ਜੁੱਤੀਆਂ ਸਿਉਂਕੇ ਦੇ ਆ ਰਹੇ, ਬਸ। ਉਹਨਾਂ ਦੇ ਨਾਂ ਨੂੰ ਆਉਂਦੇ ਕਿਸੇ? ਨਹੀਂ, ਨਾਂ ਨਹੀਂ ਆਉਂਦਾ। ਬਚਨਾ ਚੂੜਾ ਦਾ, ਚੂੜੇ ਦਾ ਨਾਂ ਪਤਾ, ਬਚਨਾ ਚੂੜਾ ਦਾ। ਸਹੀ। ਹਾਂ। ਅਤੇ ਬਜ਼ੁਰਗ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਨੇ ਕੋਈ ਮੇਲੇ, ਕੋਈ ਦਰਬਾਰ, ਕੋਈ ਐਵੇਂ ਸ਼ਾਮ? ਦਰਬਾਰ ਥਾ ਇੱਕ ਸ਼ੇਖਾਂ ਦੀ ਪੱਤੀ ਵਾਂ, ਉਸਕਾ ਜਿਹੜਾ ਮੇਲਾ ਲੱਗੇ ਦਾ ਉਸਨੂੰ ਕਹਿ ਦੇ ਰੋਸ਼ਨੀ। ਉੱਥੇ ਜਾ ਕਰੇ ਤੇ ਲੋਕ ਇਸ ਤਰ੍ਹਾਂ ਕਰਿਆ ਕਰੇ, ਆਪਣੀ ਪੂਜਾ ਪਾਠ ਜਿਹੜੇ ਕਰਾਂ, ਹੁਣ ਵੀ ਕਰਾਂ, ਪਹਿਲਾਂ ਵੀ ਕਰੇ ਤੇ। ਕੋਡੀ ਕੁਡੀ ਹੁੰਦੀ ਸੀ, ਕੋਈ ਐਵੇਂ ਚੀਜ਼ਾਂ ਖੇਡ? ਨਹੀਂ ਨਹੀਂ, ਕੁਛ ਨਹੀਂ ਸੀ ਹੁੰਦਾ, ਕੁਛ ਵੀ ਨਹੀਂ, ਨਾ ਕੋਡੀ ਨਾ ਕੋਲ, ਕੋਈ ਸ਼ੈ ਨਹੀਂ ਸੀ ਹੁੰਦੀ ਹੁੰਦੀ। ਅੱਛਾ, ਬਜ਼ੁਰਗ ਤੁਸੀਂ ਉੱਥੇ ਕੀ ਕਰਦੇ? ਤੁਹਾਡੀ ਕੋਲ ਹੈ ਸੀ? ਹਾਂ, ਸਾਡਾ ਮੇਰਾ ਬਾਪ ਜਿਹੜਾ ਸੀ ਉਹ ਬਾਈ ਕਾਸ਼ਤਕਾਰੀ ਕਰਦਾ ਸੀ, ਜ਼ਿਮੀਂਦਾਰੀ। ਹਾਂ, ਅਤੇ ਜ਼ਿਮੀਂਦਾਰੀ ਕਰਦੇ ਸੀ ਜ਼ਿਆਦਾ ਪਿੰਡ 'ਚ। ਹੋਰ ਤੁਸੀਂ ਕੀ ਕਰਦੇ? ਮੈਂ ਪੜ੍ਹਦਾ ਸਾਂ, ਪੜ੍ਹਦਾ ਪਹਿਲੀ 'ਚ ਪੜ੍ਹਦਾ ਸਾਂ। ਤੁਹਾਡੀ ਉਮਰ ਤਾਂ ਕਿੰਨੀ ਹੋਣੀ? ਮੈਂ ਉਦੋਂ 8-9 ਸਾਲ ਦਾ ਹੋਵਾਂ। ਹਾਂ। ਅਤੇ ਬਜ਼ੁਰਗੋ ਤੁਸੀਂ ਉੱਥੋਂ ਜਦੋਂ ਇੱਧਰ ਹਿਜਰਤ ਕੀਤੀ ਉਦੋਂ? ਹਾਂਜੀ। ਇਹ ਤੁਸੀਂ ਪਹਿਲਾਂ ਹੀ ਨਿਕਲ ਆਏ ਹੋ ਜਾਂ ਜੋ ਟਾਈਮ? ਨਾ ਨਾ ਨਾ, ਅਸੀਂ ਆਖਰੀ ਜਿਹੜਾ ਗਰੁੱਪ ਆਇਆ ਨਾ, ਸਾਡੇ ਤੋਂ ਪਹਿਲਾ ਗਰੁੱਪਾਂ ਦੇ ਚੁੱਲ੍ਹੇ ਚੱਲੇ, ਸਾਨੂੰ ਮਿਲਦੇ ਹੁੰਦੇ ਸੀ ਪੱਟੇ ਹੋਏ, ਅਸੀਂ ਆਖਰੀ ਗਰੁੱਪ ਤਾਂ ਉਸਦੇ ਵਿੱਚ ਆਏ ਸੀ। ਅੱਛਾ। ਹਾਂ, ਬਹੁਤ ਬੜਾ ਕੰਮ ਦਾ। ਅੱਛਾ, ਅਤੇ 47 ਦਾ ਜਿਹੜਾ ਵਾਕਿਆ ਹੋਇਆ ਜਿਹੜਾ, ਅਤੇ ਇਹ ਉਸ ਦੌਰਾਨ ਤੁਹਾਨੂੰ ਜਿਹੜਾ ਇਹ ਤੁਹਾਡੇ ਪਿੰਡ 'ਤੇ ਹਮਲਾ ਹੋਇਆ ਜਾਂ ਨਾਲ ਦੇ ਪਿੰਡਾਂ 'ਚ ਕੋਈ ਐਸਾ ਵਾਕਿਆ ਅੱਗਾ ਉੱਗਾ ਲਾਈਆਂ, ਕੋਈ ਐਸਾ ਮਸਲਾ ਤਾਂ ਨਹੀਂ ਬਣਿਆ? ਸਾਡੇ ਤਾਂ ਬਣਿਆ, ਸਾਨੂੰ ਮਿਲਟਰੀ ਨੇ ਮਾਰਿਆ ਤਾਂ, ਆਣ ਕੇ ਸਾਡੇ ਪਿੰਡ ਨੂੰ ਅੱਗ ਲਾਈ ਗਈ ਸੀ, ਬੱਚੇ ਕਤਲ ਕਰੇ, ਜਨਾਨੀਆਂ ਕਤਲ ਕਰੀਆਂ, ਬੁੱਢੇ ਬੱਚੇ ਕਿਸੇ ਨੂੰ ਨਹੀਂ ਛੱਡਦੇ, ਜੇ ਕੋਈ ਕਿਸੇ ਦੀ ਧੀ ਭੈਣ ਨੂੰ ਫੜਦੇ ਅੱਗੋਂ ਵਰਛਾ ਮਾਰਦੇ ਸਨ, ਪੇਟ ਪਾੜ ਕੇ ਰੱਖਦੇ, ਐਸਾ ਵੀ ਸਾਹਮਣੇ ਹੋਇਆ ਸਾਡੇ। ਬੜੇ, ਕਿਉਂਕਿ ਜਿਸ ਕੀ ਭੈਣ ਸੀ ਉਸਨੂੰ ਤਾਂ ਗੁੱਸਾ ਹੁੰਦਾ ਸੀ ਨਾ, ਉਹ ਅੱਗੇ ਹੁੰਦਾ ਸੀ, ਉਹ ਮਾਰਦੇ ਸੀ ਬੁਰਸ਼ਾ ਸਿੱਖ ਮਾਰ ਕੇ, ਉਹ ਮਾਰਦੇ ਸੀ, ਪਰ ਕਈ ਬੰਦੇ ਸੋਰੇ ਸੀ, ਜ਼ਖਮੀ ਵੀ ਹੋਏ। ਇੱਕ ਬੰਦਾ ਇੱਧਰ ਆਣ ਕੇ ਮਰਿਆ, ਉਹਦਾ ਅੱਧਾ ਹਿੱਸਾ ਜ਼ਬਾਨ ਦਾ ਵੱਢਿਆ ਗਿਆ, ਉਤਲਾ ਉਤਲਾ ਰਹਿ ਗਿਆ ਤਾ, ਹੇਠਲਾ ਰਹਿ ਗਿਆ, ਉੱਥੇ ਕੱਪ ਦੀਆਂ ਤਲਵਾਰ ਨੇ ਵੱਢ ਦਿਆ ਤਾ, ਖਤਮ। ਚਮਚੀ ਚਮਚੀ ਨਾਲ ਉਹਨੂੰ ਖਵਾਇਆ ਜਾਂਦਾ ਸੀ, ਇੱਧਰ ਆਣ ਕੇ ਮਰਿਆ। ਬਹੁਤ ਕਟਗਰੀ ਹੋਈ ਸੀ, ਬਹੁਤ ਕੁਝ ਤਬਾਹੀ ਹੋਈ ਸੀ। ਹਾਂ, ਉਸ ਕੀ ਧੌਣ ਇੱਥੇ ਬਸ਼ੀਰ ਅਲੀ ਪ੍ਰਿਆ ਤਾਂ, ਉਸਕੇ ਤਾਂ ਜ਼ਖਮ ਤੇ ਹੁਣ ਵੀ ਮਰ ਗਿਆ, ਉਹ ਵੀ ਮਰ ਗਿਆ। ਹਾਂ, ਸਾਰੇ ਬੜੀ ਦੁੱਖ ਮੁਸੀਬਤਾਂ ਨਾਲ ਦੁਨੀਆਂ ਆਈ ਆ, ਹੁਣ ਕਿਹਨੂੰ ਯਾਦ ਹੈ, ਹੁਣ ਕਿਸ ਨੂੰ ਯਾਦ ਹੈ? ਥੋੜ੍ਹੀ ਸਾਨੂੰ ਹਿਸਟਰੀ ਸੁਣਾਓ, ਹੁਣ ਕਿਵੇਂ ਨਿਕਲੇ ਤੁਸੀਂ ਸਾਰੀ ਦੱਸੋ। ਅਸੀਂ ਜਦੋਂ ਫਿਰ ਐਲਾਨ ਹੋਇਆ ਨਾ ਕਿ ਜਾਣਾ ਹੈ, ਪਹਿਲਾਂ 10-20 ਦਿਨ ਲੋਕਾਂ ਨੇ ਕੋਈ ਚਣੇ ਬਣਾ ਲਏ, ਕਿਸੇ ਨੇ ਟੂੰਗਰੀ ਬਣਾ ਲਈ, ਨੁਗਦੀ ਬਣਾ ਲਈ, ਇਸ ਤਰ੍ਹਾਂ ਪੱਕਾ ਸਮਾਨ ਲੋਕਾਂ ਨੇ ਬਣਾ ਰੱਖਿਆ ਤਾ, ਚਣੇ ਚੁਣੇ ਬਣਾ ਕੇ।
ਉਹ ਫਿਰ ਚਲੇ ਹੈ ਪੈਦਲ ਤੁਰ ਕੇ ਇੱਕ ਮੰਜ਼ਿਲ 'ਤੇ ਜਾ ਕੇ ਸ਼ਾਮ ਨੂੰ ਦਿਨ ਡੁੱਬੇ ਉੱਥੇ ਜਾ ਕੇ ਪੜਾ ਲਾ ਦੇ ਦੀ ਹਕੂਮਤ ਉੱਥੇ ਫਿਰ ਚੁੱਲ੍ਹੇ ਚੱਲੇ ਪੱਟ ਕੇ ਰੋਟੀ ਰਾਟੀ ਪਕਾ ਲਏ ਤੇ ਉਰਾਂ ਪਰਾਂ ਅਗਲੇ ਸੁਬਾਹ ਫਿਰ ਉੱਠ ਬੈਠੇ ਚੱਲਦੇ ਸੀ ਫਿਰ ਸ਼ਾਮ ਨੂੰ ਜਾ ਕੇ ਪੜਾਂ 'ਤੇ ਬਹਿ ਜਾਂਦੇ ਸੀ ਇਹ 'ਚ ਪੂਰੇ 30 ਦਿਨ ਬਾਅਦ ਅਸੀਂ ਕਸੂਰ ਆ ਕੇ ਬੈਠੇ ਸਾਂ ਮਿਲਟਰੀ ਨੇ ਫੜ ਫੜ ਕੇ ਪਹਿਲਾਂ ਮਾਰੇ ਆ ਤੇ ਕਟਵਾਏ ਆ ਸਿੱਖਾਂ ਦੇ ਆਪ ਵੀ ਮਾਰੇ ਆ ਦੁਨੀਆ ਵੀ ਮਾਰੀ ਹੈ ਨਹੀਂ ਕੁਛ ਨੀ ਮੁਜ਼ਾਮਤ ਨੀ ਸੀ ਕਰ ਸਕਦੇ ਫੌਜ ਦੇ ਅੱਗੇ ਕੌਣ ਅੜਦਾ ਕੁਛ ਵੀ ਨਹੀਂ ਅਤੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਡੰਗਰ ਲੈ ਗਏ ਮੱਝਾਂ ਲੈ ਗਏ ਢੱਗੇ ਲੈ ਗਏ ਸਨ ਸਭ ਕੁਛ ਲੈ ਗਏ ਸਨ ਜ਼ਮੀਨ ਨਹੀਂ ਜੀ ਆਪਣੀ ਸਾਡੀ ਤਾਂ ਹੈ ਨਹੀਂ ਸੀ ਲੋਕਾਂ ਦੀ ਲੈ ਕੇ ਕਰਦੇ ਸੀ ਮੇਰੇ ਅੱਬਾ ਜੀ ਤੁਸੀਂ ਕਿੰਨੇ ਦੀ ਬਾਈ ਕਰਦੇ ਹੋ ਕਰਦੇ ਰਹੇ ਬਾਈ ਮੈਂ ਨਹੀਂ ਸਕਦਾ ਮੈਂ ਤਾਂ ਬੱਚਾ ਤਾਂ ਮੈਂ ਹਾਂ ਮੇਰੇ ਅੱਬਾ ਜੀ ਕਰਦੇ ਸੀ ਬਾਈ ਕਿੰਨਾ ਨਹੀਂ ਕਰਦੇ ਕਰਦੇ ਸੀ ਉੱਥੇ ਬਾਈ ਬਸ ਲੋਕਾਂ ਦੇ ਠੇਕੇ ਹਿੱਸੇ ਤਾਂ ਆਮ ਮਿਲਦੀ ਸੀ ਉਦੋਂ ਮਿੰਨਤਾਂ ਕਰਦੇ ਹੁੰਦੇ ਸੀ ਮੇਰੀ ਵਾਹ ਮੇਰੀ ਵਾਹ ਮੇਰੀ ਵਾਹ ਪਿੱਪਲ ਵਾਲਾ ਵੀ ਥਾ ਇੱਕ ਖੂਹ ਦਾ ਨਾਮ ਬੈਂ ਵੀ ਥਾ ਬੈਂ ਤਾਂ ਇੱਕ ਖੂਹ ਦਾ ਨਾਮ ਇਸ ਕਈ ਖੂਹ ਤੇ ਇਸ ਤਰ੍ਹਾਂ ਹੋ ਕਈਆਂ ਦੇ ਨਾਂ ਨਹੀਂ ਆਉਂਦੇ ਤੁਸੀਂ ਪੜ੍ਹੇ ਉੱਥੇ ਸਕੂਲ ਹਾਂ ਮੈਂ ਪਹਿਲੀ ਜਮਾਤ 'ਚ ਕੁਤਬਨਪੁਰ ਇੱਕ ਪਿੰਡ ਸੀ ਉੱਥੇ ਜਾਂਦਾ ਹੁੰਦਾ ਸਿੱਖ ਮਾਸਟਰ ਸੀ ਸਾਡਾ ਡੰਗਰ ਚਾਰੇ ਰੋਟੀ ਰੋਟੀ ਤੇ ਰੋਟੀ ਖਾਣੀ ਲੋਕਾਂ ਕੇ ਡੰਗਰ ਚਾਰਨੇ ਕੋਈ ਦੋ ਚਾਰ ਉਸ ਘਰ ਦੋ ਘਰ ਉਸ ਘਰ ਬੜੇ ਅਸੀਂ ਦੋ ਤਿੰਨ ਮੁੰਡੇ ਢਿੱਲੂਆਂ ਕੇ ਇਹਨਾਂ ਢਿੱਲੂਆਂ ਕੇ ਡੰਗਰ ਚਾਰਨੇ ਪੱਠੇ ਪਾਣੇ ਉੱਥੇ ਨਿਕਲਣ ਲੱਗੇ ਥੋ ਹਾਂ ਤੇ ਤੁਸੀਂ ਸਾਰੇ ਘਰ ਦੇ ਇਕੱਠੇ ਨਿਕਲੇ ਜਾਂ ਅਲੱਹਦਾ ਇਕੱਠੇ ਨਹੀਂ ਘਰਦੇ ਹਾਂ ਘਰਦੇ ਮੇਰੇ ਆਪਣੇ ਘਰਦੇ ਸੀ ਜੀ ਇਕੱਠੇ ਤੇ ਮੇਰੇ ਤਾਏ ਕੇ ਵੀ ਮੇਰੇ ਸਾਡੇ ਨਾਲ ਸਨ ਮੇਰਾ ਚਾਚਾ ਫੜਿਆ ਗਿਆ ਸੀ ਉੱਥੇ ਮਿਲਟਰੀ ਨੇ ਫੜ ਲਿਆ ਦਾ ਉਹ ਬਾਅਦ 'ਚ ਆਇਆ ਪਾਕਿਸਤਾਨ ਬਣਨ ਤੋਂ ਕਈ ਮਹੀਨੇ ਬਾਅਦ ਨਹੀਂ ਲਿਆਂਦਾ ਨਹੀਂ ਆਪੇ ਆ ਗਿਆ ਸੀ ਪਾਕਿਸਤਾਨ 'ਚ ਹਾਂ ਕੁਛ ਵੀ ਨੀ ਬਿਸਤਰੇ ਤੇ ਕੋਈ 10-10 ਕਿਲੋ ਸਮਾਨ ਚੱਕ ਸਕਦੇ ਉਹੀ ਸਮਾਨ ਸੀ ਹੋਰ ਕਿਆ ਸੀ ਕੋਲ ਕੋਈ ਜਹਾਜ਼ ਤੇ ਨੀ ਸੀ ਸਾਡੇ ਕੋਲ ਕਿੰਨਾ ਕੁ ਬੰਦੇ ਚੁੱਕ ਲਏ ਅਸੀਂ ਬੱਚੇ ਦੇ ਮਸਲਾ ਸਹੀ ਉਹੀ ਹੁਣ ਸ਼ੁਰੂ ਕਰਨ ਲੱਗੇ ਨਾ ਮੈਂ ਅੱਛਾ ਉੱਥੋਂ ਤੁਸੀਂ ਜਦੋਂ ਨਿਕਲੇ ਜੇ ਰਸਤੇ ਤੁਸੀਂ ਕੀ ਵੇਖਿਆ ਕਿ ਜਿਹੜੀ ਤੁਹਾਡੀ ਗੱਲ ਪਹਿਲੇ ਕੈਮਰੇ ਤੋਂ ਬਗੈਰ ਸਾਨੂੰ ਸੁਣਾ ਉਹ ਸ਼ੁਰੂ ਕਰੋ ਸਾਨੂੰ ਰਸਤੇ 'ਚ ਪਟਿਆਲੇ ਆਣ ਕੇ ਰੌਲਾ ਪੈ ਗਿਆ ਜੀ ਤਲਾਸ਼ੀ ਹੋਣੀ ਹੈ ਤਲਾਸ਼ੀ ਹੋਣੀ ਹੈ ਜਿਸ ਕੇ ਬਾਅਦ ਕੋਈ ਟੂਮ ਛੱਲਾ ਤਾ ਨਾ ਉਹ ਵੀ ਸੱਟ ਦਿਆ ਲੋਕਾਂ ਨੇ ਅਤੇ ਅੱਗੇ ਫਿਰ ਸੜਕ ਦੇ ਥੱਲੇ ਨਹੀਂ ਸੀ ਉਤਰਨ ਦਿੰਦੀ ਉਹਨਾਂ ਦੀ ਫੌਜ ਕਿ ਮਿਰਚਾਂ ਖਰੀਦ ਲਿਆ ਕੋਈ ਆਟਾ ਖਰੀਦਣ ਵਾਲੇ ਬੈਠੇ ਹੁੰਦੇ ਸਨ ਲਾਭ ਵੇਚਣ ਵਾਲੇ ਗੁੜਗੜ ਉਹ ਨਹੀਂ ਸੀ ਖਰੀਦਣ ਮਾਰਦੇ ਸਨ ਸੜਕ 'ਤੇ ਚਲੋ ਬਸ ਸੜਦੇ ਹਾਂ ਕੋਈ ਚੋਰੀ ਚੱਪੀ ਲਾ ਲੈਂਦੇ ਸਨ ਕਿਸੇ ਮਿਰਚਾਂ ਮੁਰਚਾਂ ਮੁੱਕ ਗਈਆਂ ਜਾਂ ਆਟਾ ਮੁੱਕ ਗਿਆ ਇਸ ਤਰ੍ਹਾਂ ਖਾਂਦੇ ਧੱਕੇ ਖਾਂਦੇ ਆਏ ਬਸ ਸਾਰੀ ਦੁਨੀਆ ਬਹੁਤ ਤੁਸੀਂ ਦੱਸ ਰਹੇ ਕਿ ਉਹ ਮਾਵਾਂ ਜਿਹੜੀਆਂ ਬੱਚਿਆਂ ਨੂੰ ਰੌਲਾ ਪਾਉਂਦੀਆਂ ਹਨ ਅਤੇ ਉਹ ਤਾਂ ਜਦੋਂ ਅਸੀਂ ਮੱਕਈਆਂ 'ਚ ਲੁਕੇ ਸਾਂ ਉਦੋਂ ਦੀ ਬਾਤ ਹੈ ਨਾ ਉਹਦੇ ਜਦੋਂ ਫੌਜ ਵਾਲੇ ਦੁਆਲੇ ਚੜ੍ਹੀ ਸੀ ਨਾ ਸਾਡੇ ਉਹ ਫਿਰ ਅਸੀਂ ਜਾ ਕੇ ਮੱਕਈਆਂ ਮਕੂਈਆਂ 'ਚ ਲੁਕੇ ਉੱਥੇ 60-70 ਜੀਵ ਇਕੱਠੇ ਹੋ ਗਏ ਛੋਟੇ ਛੋਟੇ ਬੱਚੇ ਦੇ ਜਿਹੜੇ ਰੋਣ ਵਾਲੇ ਉਹ ਕਹਿਣਾ ਯਾਰ ਇਹ ਅਗਰ ਰੋ ਪਿਆ ਆਪਾਂ ਨੂੰ 100 ਬੰਦੇ ਨੂੰ 60 ਨੂੰ ਮਰਵਾ ਦੇਗਾ ਇਹਨੂੰ ਮਾਰ ਦਿਓ ਉਹ ਬੱਚਾ ਦੂਜੇ ਨੂੰ ਫੜਾਉਣਾ ਉਹ ਮਿੱਟੀ ਮੂੰਹਾਂ ਪਾ ਕੇ ਉਸਕੇ ਨਾਸਾਂ ਬੰਦ ਕਰਕੇ ਬੱਚਾ ਮਾਰ ਦੇਣਾ ਇਸ ਤਰ੍ਹਾਂ ਤਾਂ ਛੋਟੇ ਛੋਟੇ ਬੱਚੇ ਕਈ ਮਾਰੇ ਫਿਰ ਵੱਡੇ ਵੱਡੇ ਰਹਿ ਗਏ ਤੇ ਜਿਹਨੂੰ ਸਮਝਾਇਆ ਚਾਹੀਦਾ ਕਿ ਵੀ ਦੇਖੋ ਰੋਣਾ ਨਹੀਂ ਤਾਂ ਫਿਰ ਸਿੱਖ ਆ ਕੇ ਮਾਰ ਦੇਂਗੇ ਬੜਦੇ ਇਹ ਪੋਜੀਸ਼ਨ ਸੀ ਇਹ ਹੋਇਆ ਸਾਹਮਣੇ ਮਾਂ ਭੈਣਾਂ ਮਾਵਾਂ ਚੱਕੀਆਂ ਨੇ ਉਹਨਾਂ ਸਿੱਖਾਂ ਨੇ ਮੁਸਲਮਾਨਾਂ ਦੀਆਂ ਬੜਾ ਵੱਡਿਆ ਟੁੱਕਾ ਬੜਾ ਹਾਂ ਬੜੇ ਇੱਕ ਬੰਦੇ ਕੀ ਭੈਣ ਨੂੰ ਫੜਿਆ ਉਹਨੇ ਅੱਗੇ ਹੋਇਆ ਉਹਨੇ ਉਸਕੇ ਵਰਛਾ ਮਾਰਿਆ ਹੱਥ ਕੇ ਵਿੱਚ ਨੂੰ ਲੱਗ ਗਿਆ ਵਰਛਾ ਇੱਧਰ ਆ ਕੇ ਰਾਜੀ ਹੋਇਆ ਉਸਕਾ ਹੱਥ ਭੈਣ ਨੂੰ ਲੈ ਗਏ ਅਤੇ ਅੱਜ ਤੱਕ ਨਹੀਂ ਲੱਭੀ ਬੱਚੀਆਂ ਲੈ ਜਾਂਦੇ ਹਾਂ ਲੈ ਜਾਂਦੇ ਜਿਹੜੀ ਸੋਹਣੀ ਲੱਗੀ ਤੀ ਚੰਗੀ ਲੈ ਜਾਂਦੇ ਬਹੁਤ ਅਜੇ ਤੀ ਕਈ ਆ ਗਈਆਂ ਸੀ ਮਗਰੋਂ ਕਈ ਅਜੇ ਤੀ ਤਾਂ ਆਈਆਂ ਹੀ ਨਹੀਂ ਤੁਹਾਡੇ ਅਗਲੇ ਦਿਨ ਇੱਕ ਜਿਹੜੀ ਇੱਥੇ ਸ਼ਕਰਗੜ੍ਹ ਜਿਹੜਾ ਦਰਬਾਰ ਹੈ ਨਾ ਇਹਨਾਂ ਗੁਰਦੁਆਰਾ
उन्हें एक मिली है सुखनी, उन्हें कहा तारक जमील मौलवी नू कह रही थी कि जी मेरे हक में दुआ करे मेरे मुंडे मुसलमान हो गए, मैं मुसलमान ना तो मेरे बच्चे सिख हो गए, मैं इत मैं सन 47 की काबू आ गई ना यह पोजिशन जी भी है। और अच्छा तो काफले ने जो निकल के आ रहे राज काफला कितने लगा सी कैंप? पहला आगे पटियाले लग्या सी, फिर दूजा अंबाले, इस तरह उरलों पर लगते बस जिते भी शाम पैंदी सी उत्थे जाके रात नूं बाह दिंदी सी हुकूमत। रोटी दा खाण पीण चुल्हा पट के उत्थे पका लैंदे सी। नहीं हुकूमत नहीं दिंदी कोई? नो नो नो, कोई शय नहीं सी हुकूमत दिंदी। कोई शय नहीं सी हुकूमत, पाकिस्तान की हुकूमत इधर थी ना, नाले उधर हिंदुस्तान की कौन दिंदा ना, कोई नहीं सी। भुखण पाने 3 दिन बाद नहा के आके कसूर नहाते, ललानी आन के मेरा दादा फौत हो गया, टोआ पट गए इसने उत्ते काई दब पा गए, ना जनाजा ना गुसल ना कफन ना दफन, इंजी मिट्टी बाग टुर पिया करे। इस तरह ये पोजिशन देखे हैं। फिर नशहरे आ गए, नशहरे आ गए मेरी वालदा फौत हो गई, स्कूल में बैठे थे उत्थों, फिर कोई कड्याल गए, कुछ मटवा भेजे, कोई नशहरे रहे घर रहियां दे, कुछ असी बब्बर आ गए इत्थे, बड़ी बड़ी मुसीबत ने। पराली दे सोना, लोकां दे डंगर चार के रोटी खानी, वो फिर मैं एक बोर दे थलो दाने हूंज के लिया इतने सारे, वो बेच के मैं कैदा लिया तख्ती लई दुआत ली, पैसे की पूरी हुंदी शाही दी। मैं स्कूल च गया, स्कूल वाले ने मास्टर ने मेरे तो कोई पैसा ना लिया, बेचारा बहुत अच्छा मास्टर था उसका नाँ था गुलाम अहमद, उन्हें मैं दाखिल कर लिया। मैं फिर इतने पढ़ते रहे, फिर नशहरे पढ़ते रहे, अल्लाह अल्लाह कह दिया 13.5% एक रुपया मिला करता महीने बाद, 13 दे गए 3 बेचारे के खर्चा पूरे महीने का। तो इंडिया वाले स्कूल कितनी फीस? उत्थे नहीं सी कोई फीस फूस, हाँ उत्थे नहीं, आना चंदा पैना इतने बब्बरा जो स्कूल था इतने पर आना दें दे रहे चंदा, फिर दुआनी चंदा दें दे, बस नशहरे जाके हुई थी 13 फीस, हाँ बड़ी मुसीबत नाल दिन देखे। पहली जमात का मुंडा उदों खत लिखना शुरू कर देता एक कैदा पढ़ के, दूसरी जमात में एक हिसाब हुंदा सी, एक किताब दो किताबां सी, हुण इन्हां जालमां ने ते पढ़ के बच्चियां नूं किताबां दा वजन ही ज़्यादा कर दिया। अच्छा बुजुर्ग उत्थों इत्थे आंदे किन्ना कु टाइम लगे? एक महीना पूरा पैदल ही अंदर, हाँ जिहड़ी धड़ी उह नाल कसूर तिकर एक महीना लग्गिया था, हाँ उत्थों फिर ललाणी लाहौर शदरे ते इत्थे कम हो गई नशहरे, इस तरह बैठे रहे। ट्रेन वगैरह तो बैठे ना ना पैदल ही टुरदे, ट्रेन में कितने बहना, औरतें भी नाल बेचारे टुरदियां सी, बच्चे गड्डा गुड्डा कोई इशारा नहीं, गड्डे भी है सन कई कोल, जिन्हां कोल गड्डे सन गड्डियां दे बाह अपने बच्चे बिठा लैंदे सन, गड्डे भी है सन कई कोल, जिन्हां कोल नहीं सी गड्डे वह की करदे बेचारे, सारी दुनिया कोल तो नहीं होंदे गड्डे। बड़िया बड़िया प्रॉब्लम देखियां,